ਹਾਂਜੀ ਦੋਸਤ ਵੈਲਕਮ ਬੈਕ ਇਨ ਅਨਦਰ ਵੀਡੀਓ ਤੇ ਅੱਜ ਆਪਾਂ ਫੇਰ ਇਹ ਨਵੀਂ ਗੇਮ ਇਸ ਦਾ ਨੇਮ ਆ ਫਾਰਮਿੰਗ ਸਿਮੂਲੇਟਰ ਇਹ ਟੱਕਰਾਂ ਵਾਲੀ ਗੇਮ ਆ ਤੇ ਆਪਾਂ ਇਹਦੇ ਵਿੱਚ ਟੀਚਰ ਖੇਡਦੇ ਕੋਈ ਕਾਫੀ ਟੈਕਟਰ ਆ ਅਤੇ ਆਪਣੇ ਕੋਲ ਦੋ ਖੇਤ ਨੇ ਅਤੇ ਆਪਣੇ ਕੰਮ ਹੈਗਾ ਕਾਫੀ ਉਹਦੇ ਵਿੱਚ ਨਵੇਂ ਨਵੇਂ ਟੈਕਟਰ ਆਪਾਂ ਬਾਏ ਕਰਨੇ ਆ ਅਤੇ ਚਲੋ ਆਪਾਂ ਪਹਿਲਾਂ ਰਾਤ ਹੋਈ ਵੀ ਆ ਪੂਰੀ ਲੈਟ ਲਾ ਲੈਂਦੇ ਆਪਾਂ ਟੋਰਚ ਲਾ ਕੇ ਆਪਣਾ ਆਪਣਾ ਟਰੈਕਟਰ ਇੱਕ ਹੈਗਾ ਵਜਾਉਂਦੀ ਆ ਅਤੇ ਇੱਕ ਆ ਤਵੀਆਂ ਤਵੀਆਂ ਪਾ ਕੇ ਹਟੇ ਸੀ ਆਪਾਂ ਖੇਤ ਆਲੂ ਆਲੂ ਬੀਜਣੇ ਆਪਾਂ ਹਾਲੇ ਉੱਥੇ ਆਪਣੀ ਜਿਹੜੀ ਕੰਬਾਈਨ ਖੜੀ ਕੰਬਾਈਨ ਨਾਲ ਆਪਾਂ ਕਣਕ ਵੱਢ ਰਹੇ ਸੀਗੇ ਅੱਧੀ ਕਣਕ ਵੱਢੀ ਗਈ ਸੀਗੀ ਅਤੇ ਫਿਰ ਹਨੇਰਾ ਹੋ ਗਿਆ ਸੀਗਾ ਅਤੇ ਉਹਦੇ ਕਰਕੇ ਫਿਰ ਆਪਾਂ ਵਿੱਚੇ ਕੰਮ ਰੋਕ ਦਿੱਤਾ ਸੀਗਾ ਆਪਣਾ ਟਰੈਕਟਰ ਖੜਾ ਵਾ ਪੁਰਾਣਾ ਅਤੇ ਇਹਦੇ ਵਿੱਚ ਆਪਾਂ ਕਣਕ ਭਰ ਕੇ ਆਪਣੇ ਆਪਣੇ ਸਟੋਰ 'ਚ ਸਟੋਰ ਕਰਨੀ ਆ ਇਹ ਆਪਣਾ ਇੱਕ ਆਹ ਖੇਤ ਆ ਇੱਕ ਆਪਣਾ ਖੇਤ ਆ ਆਪਾਂ ਵਾਹਤਾ ਸੀਗਾ ਅਤੇ ਇਹਦੇ ਵਿੱਚ ਆਪਾਂ ਹੁਣ ਕੁਛ ਬੀਜਾਂਗੇ ਅਤੇ ਉਹ ਆਪਣਾ ਨਿੱਕਾ ਜਿਹਾ ਇੱਕ ਘਰ ਜਿਹੜਾ ਆਪਾਂ ਖਰੀਦਿਆ ਵਾ ਅਤੇ ਉਹਦੇ ਵਿੱਚ ਇੱਥੇ ਇਹਦੇ ਵਿੱਚ ਆਪਾਂ ਸਟੋਰ ਕਰਦੇ ਹਾਂ ਆਹ ਵੱਡਾ ਸਾਰਾ ਕੰਟੇਨਰ ਜਿਹਾ ਵਾ ਇਹਦੇ ਵਿੱਚ ਆਪਾਂ ਕਣਕ ਸਟੋਰ ਕਰਾਂਗੇ ਆਪਣੀ ਅਤੇ ਇੱਥੇ ਆਪਾਂ ਰਾਤ ਨੂੰ ਸੌਂ ਸੂ ਲੈਂਦੇ ਹਾਂ ਉਹ ਆਪਣੇ ਸਮਾਨ ਪਿਆ ਕਾਫੀ ਹਾਂਜੀ ਅਤੇ ਆਪਾਂ ਬੰਦੇ ਉਹ ਲਾਇਆ ਸੀਗਾ ਅਤੇ ਬੰਦਾ ਚਲਾ ਗਿਆ ਸੀ ਕੰਮ ਤੋਂ ਅਤੇ ਹੁਣ ਮੈਂ ਕਿਹਾ ਚਲੋ ਆਪਾਂ ਆਪ ਹੀ ਕਰ ਲੈਂਦੇ ਹਾਂ ਅਤੇ ਆਪਾਂ ਕਿਸੇ ਹੋਰ ਬੰਦੇ ਨੂੰ ਕਿਹਾ ਸੀ ਉਹ 15 ਮਿੰਟਾਂ ਵਿੱਚ ਆ ਜਾਂਦਾ ਵਾ ਚਲੋ ਆਪਾਂ ਇੰਨਾ ਕੁ ਬੜਾ ਵੱਢ ਦਿੰਦੇ ਹਾਂ ਬਸ ਅੱਧਾ ਤਾਂ ਅੱਧੀ ਕਣਕ ਤਾਂ ਵੱਢੀ ਗਈ ਆ ਬਸ ਥੋੜ੍ਹੀ ਅੱਧੀ ਅੱਧੀ ਰਹਿੰਦੀ ਆ ਅੱਧੀ ਦੀ ਜਲਦੀ ਵੱਢੀ ਜਾਊਗੀ ਉਹ ਫੋਰਨਰਾਂ ਦੀ ਕੰਪੈਨ ਆਪਣੀ ਉਹ ਪੂਰੀ ਆਪਾਂ ਬਣਾਉਣੀ ਨਹੀਂ ਹੈਗੀ ਚਲੋ ਪਿੱਛੇ ਉਹ ਬਹੁਤਣੀ ਹੈ ਬਸ ਉਹ ਪਰਲਾ ਪਾਸਾ ਰਹਿੰਦਾ ਬਸ ਬਹੁਤ ਵਾਲਾ ਅਤੇ ਉਹ ਵਾਇਆ ਜਾਊਗਾ ਅਤੇ ਬੰਦੇ ਨੂੰ ਆਪਾਂ ਕਰਦੇ ਹਾਇਰ ਬੰਦਾ ਆ ਗਿਆ ਸੀਗਾ ਆਪਣਾ ਅਤੇ ਉਹਨੂੰ ਲਾਉਂਦੇ ਹਾਂ ਆਪਾਂ ਕਣਕ ਵੱਢਣ ਬਸ ਉਹ ਕਰਦੇ ਹਾਂ ਕੰਪੈਨ 'ਚ ਅਤੇ ਆਪਾਂ ਚੱਲਦੇ ਹਾਂ ਭੱਜ ਕੇ ਅਤੇ ਆਪਣਾ ਫਾਰਮ ਵੀ ਨੇੜੇ ਤੋਂ ਸਵੇਰ ਹੋ ਚੁੱਕੀ ਹੈ ਅਤੇ ਮੈਂ ਤੁਹਾਨੂੰ ਦਿਖਾਉਣਾ ਸੀਗਾ ਕਿ ਆਪਾਂ ਗਏ ਸੀਗੇ ਦੋਵਾਂ ਦੇ ਉੱਤੇ ਅਤੇ ਆਪਾਂ ਉੱਥੋਂ ਟਰੈਕਟਰ ਖਰੀਦ ਕੇ ਲਿਆਉਂਦਾ ਵਾ ਅਤੇ ਤੁਹਾਨੂੰ ਦਿਖਾਉਂਦੇ ਆਪਾਂ ਇੱਕ ਛੋਟੇ ਟਰਾਲੇ ਲਈ ਹੈ ਅਤੇ ਇੱਕ ਆਪਾਂ ਟਰੈਕਟਰ ਲਿਆਉਂਦਾ ਤੁਹਾਨੂੰ ਫੋਨ ਦਿਖਾਉਂਦੇ ਹਾਂ ਆਪਾਂ ਕਿੱਦਾਂ ਦਾ ਜਿਹੜਾ ਟਰੈਕਟਰ ਲਿਆ ਵਾ ਅਤੇ ਕਿੱਦਾਂ ਦਾ ਲੱਗਦਾ ਵਾ ਹੈਲੋ ਜੀ ਆਪਾਂ ਲਿਆਂਦਾ HMT 3511 ਅਤੇ ਆਹ ਆਪਾਂ ਲੈਂਦੇ ਟਰਾਲੀ ਛੋਟੀ ਟਰਾਲੀ ਆਪਣਾ ਦੂਜਾ ਟਰੈਕਟਰ ਖੜਾ ਵਾ ਪੀਏ ਟਰਾਲਿਆਂ ਦਾ ਆਪਣਾ ਆਪਣਾ HMT 3511 ਅਤੇ ਇਹਨੂੰ ਚਲਾ ਕੇ ਦੇਖਦੇ ਹਾਂ ਆਪਾਂ ਕਿੱਦਾਂ ਦਾ ਲੱਗਦਾ ਬੜਾ ਸਪੀਡ ਸਟਾਰਟ ਹੋਇਆ ਇਹ ਆਪਾਂ ਹੁਣੇ ਨਵਾਂ ਪੜਾ ਕੇ ਜਾਂਦਾ ਵਾ ਵਧੀਆ ਆਪਣਾ ਤਵੀ ਨੂੰ ਬੈਕ ਆ ਕੇ ਲਾ ਦਈਏ ਆਪਾਂ ਇੱਥੇ ਸਟੋਰ ਦੇ ਵਿੱਚ ਕੋਈ ਕਹਿੰਦੇ ਆਪਾਂ ਹਜੇ ਵਰਤ ਨਹੀਂ ਹੈਗੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਨਵਾਂ ਟਰੈਕਟਰ ਅਤੇ ਬੜੇ ਲੱਕਾ ਕੱਢਦਾ ਅੰਦਰ ਲਾ ਦਿੰਦਾ ਆਪਾਂ ਟਰੈਕਟਰ ਗਾਂਧੀ ਨੂੰ ਪਾਸੇ ਪਾਰਕ 'ਤੇ ਆਪਾਂ ਚੱਲਦੇ ਹਾਂ ਹੁਣ ਟਰੈਕਟਰ ਨੂੰ ਆਪਾਂ ਉੱਥੇ ਲਾਉਂਦੇ ਹਾਂ ਸਾਰੇ ਇਹ ਮਗਾ ਕਢਾ ਦਿੰਦੇ ਆਪਾਂ ਟਰੈਕਟਰ ਆਪਾਂ ਕਰਤਾ ਮੰਨ ਅਤੇ ਆਹ ਆਪਣਾ ਹੈਗਾ ਗੱਡੀਆਂ ਨੂੰ ਪਾਰਕ ਕਰਨ ਦਾ ਗਰਾਜ ਅਤੇ ਆਹ ਆਪਣਾ ਘਰ ਦੀ ਐਂਟਰੈਂਸ ਅਤੇ ਆਹ
ਆਪਣਾ ਰੂਮ ਆ, ਇੱਥੇ ਆਪਣਾ ਲੈਪਟਾਪ ਰੱਖਿਆ ਹੋਇਆ ਵਾ, ਜੇ ਆਪਾਂ ਨੂੰ ਕਦੇ ਕਦੇ ਲੋੜ ਲੂੜ ਪੈ ਜਾਂਦੀ ਆ, ਕਣਕ ਕੁਣਕ ਖਰੀਦਣੀ, ਕੁਛ ਬੀਜ ਬੂਜ ਖਰੀਦਣੇ ਪੈਂਦੇ, ਜਦੋਂ ਆਪਣਾ ਕਿਚਨ ਦਾ ਖਾਣ ਪੀਣ ਬਣਾਉਣ ਨੂੰ ਸਾਰਾ ਸਮਾਨ, ਆਹ ਫੋਟੋ ਫੁੱਟੋ ਲੱਗੀਆਂ ਹੋਈਆਂ ਵਾ, ਆਹ ਆਪਣਾ ਰੂਮ ਕਰਦੇ ਹਾਂ ਆਪਾਂ, ਆਪਾਂ ਸਟੋਰ ਆਪਣਾ ਪਾਰਕਿੰਗ ਕਰਨ ਵਾਸਤੇ, ਅਤੇ ਉਹ ਆਪਾਂ ਖਰੀਦਿਆ ਵਾ ਆਪਣੀਆਂ ਸੀਡ ਸੂਡਸ ਰੱਖਣ ਵਾਸਤੇ, ਇੱਥੇ ਆਹ ਏਰੀਆ ਖਰੀਦਿਆ ਆਪਾਂ, ਇੱਥੇ ਲਵਾਇਆ ਛੱਡੀ ਵੀ ਗਿੱਲਾ ਗੁੱਲਾ ਮੀਂਹ ਬੋਝ ਤੋਂ ਆ ਜਾਂਦਾ, ਅਤੇ ਇੱਥੇ ਆਪਾਂ ਕਣਕ ਸਟੋਰ ਕਰਦੇ ਹਾਂ ਆਪਣੀ, ਆਹ ਲੱਕੜਾਂ ਲੁੱਕੜਾਂ ਪਈਆਂ ਵਾ, ਆਹ ਇੱਕ ਆਪਣੇ ਕੋਲ ਟਰਾਕੜਾ ਵਾ, ਇੱਕ ਆਪਣੇ ਕੋਲ ਕੰਪੈਨ ਆ, ਇੱਕ ਆਪਣੇ ਕੋਲ ਟਰੈਕਟਰ ਉਹ ਵਾ, ਅਤੇ ਇੱਕ ਆਪਣਾ ਐਚ ਐਮ ਟੀ ਆ, ਅਤੇ ਉੱਥੇ ਆਪਾਂ ਲਾਇਆ ਹੋਇਆ ਬੰਦਾ ਕਣਕ ਵੱਢਣ, ਅਤੇ ਉਹ ਆਪਣੇ ਕੰਪੈਨ, ਅਤੇ ਆਪਣੇ ਕੋਲ ਦੋ ਖੇਤ ਨੇ, ਆਪਾਂ ਖੇਤ ਪਾ ਲਿਆ ਸੀਗਾ, ਇਹ ਖੇਤ ਵਾਹ ਕੇ ਆਪਾਂ ਇਹਦੇ ਵਿੱਚ ਕੁਛ ਹੁਣ ਬੀਜਾਂਗੇ, ਅਤੇ ਆਹ ਹੁਣ ਇੱਥੇ ਕਣਕ ਬੀਜੀ ਹੈ, ਅਤੇ ਇੱਥੇ ਮੈਂ ਕਹਿੰਦਾ ਵਾ ਆਪਾਂ ਦੇਖਦੇ ਕੀ ਬੀਜੀਏ, ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਆਪਾਂ ਇੱਥੇ ਹੁਣ ਕੀ ਬੀਜਣਾ ਚਾਹੀਦਾ ਵਾ, ਅਤੇ ਆਪਣਾ ਇੱਕ ਉਹ ਛੋਟਾ ਖੇਤ ਵਿਹਲਾ ਪਿਆ ਵਾ, ਆਪਾਂ ਉਹਦੇ ਵਿੱਚ ਕੁਛ ਨਾ ਕੁਛ ਬੀਜਣਾ ਵਾ, ਅਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇ ਤੁਸੀਂ ਮੇਰੇ ਚੈਨਲ ਨਵੇਂ ਤਾਂ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨਾ ਭੁੱਲਿਓ, ਅਤੇ ਆਪਾਂ ਅੱਗੇ ਦੇਖਦੇ ਹਾਂ ਹੁਣ ਆਪਾਂ ਚੱਲਦਾ ਇੱਕ ਸਮਾਨ ਖਰੀਦਣ, ਆਪਾਂ ਟਰਾਲੀ ਦੇ ਵਿੱਚ ਚੱਲਾਂਗੇ, ਆਪਾਂ ਬੀਜ ਖਰੀਦ ਕੇ ਲੈ ਕੇ ਆਉਂਦੇ ਹਾਂ, ਅਤੇ ਤੁਸੀਂ ਮੈਨੂੰ ਕਮੈਂਟਾਂ 'ਚ ਦੱਸਿਓ ਵੀ ਆਪਾਂ ਕਿਹੜੇ ਕਿਹੜੀ 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 ਫਸਲ ਬੀਜਣੀ ਚਾਹੀਦੀ ਆ ਹੁਣ, ਚਲੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ।